ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਅੱਜ ਕਾਫੀ ਦਿਨਾਂ ਬਾਅਦ ਆਪਾਂ ਬਲੌਗ ਪਾਉਣ ਲੱਗੇ ਹਾਂ, ਕਿਉਂਕਿ ਟੀਟੂ ਬਾਈ ਦਾ ਟੂਰ ਸੀ ਮਨਾਲੀ ਦਾ, ਅਤੇ ਟੀਟੂ ਬਾਈ ਮਨਾਲੀ ਤੋਂ ਆਇਆ, ਵਰਕਸ਼ਾਪ 'ਤੇ ਪਹੁੰਚ ਚੁੱਕਿਆ ਬਾਈ ਜੀ ਦੇ। ਅਤੇ ਅੱਜ ਬਾਈ ਕੋਲ ਸਵਰਾਜ ਟਰੈਕਟਰ ਆਇਆ ਵਾ, ਪੁੱਛਦੇ ਹਾਂ ਬਾਈ ਜੀ ਕੋਲ ਕੀ ਕੰਮ ਆ ਅੱਜ ਟਰੈਕਟਰ ਦਾ ਕਰਨਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਅੱਜ ਲੱਗੇ ਹਾਂ ਜੀ ਆਪਾਂ ਸਵਰਾਜ 99 ਮਾਡਲ ਦੀ ਲਿਫਟ ਦਾ ਕੰਮ ਕਰਨ। ਅਤੇ ਇਹਦੀ ਪ੍ਰੋਬਲਮ ਇਹ ਗਰਮ ਹੋ ਕੇ ਥੋੜ੍ਹਾ ਜਿਹਾ ਜਿਵੇਂ ਕਹਿ ਦਈਏ ਲਿਫਟ ਨਹੀਂ ਚੱਕਦਾ, ਰੇਤ ਮਾਰੇ ਦੇ ਜਿਵੇਂ ਮਰਜੇ ਜਾਂਦੀ ਹੈ ਲਿਫਟ, ਉਵੇਂ ਸਲੋ ਸਲੋ ਕੰਮ ਕਰਦੀ ਹੈ। ਦੇਖਦੇ ਹਾਂ ਹੋਰ ਕੇ ਕੀ ਨੁਸਖਾ, ਅਤੇ ਦੇਵਾਂਗੇ ਜਾਣਕਾਰੀ ਤੁਹਾਨੂੰ ਲਿਫਟ ਬਾਰੇ ਜੀ। ਜੁੜੇ ਰਹੋ ਸਾਡੀ ਵੀਡੀਓ ਦੇਣ ਤੱਕ ਜੀ। ਪਚਵੰਜਾ ਲੀਟਰ ਤੇਲ ਪੈਂਦਾ ਇਹਦੇ 'ਚ। ਚੱਲ ਪਿੱਛੇ ਨੂੰ ਪਾਨਾ ਦੇਖ ਲਾ ਤੁਸੀਂ ਕਿੱਥੇ ਭਰੇ ਆ, ਪਾਨੇ ਨੇ ਰੋਕ ਲਿਆ ਟਰੈਕਟਰ ਦਾ ਟਾਇਰ ਆ, ਵਿੱਚ ਆ ਗਿਆ ਥੱਲੇ ਟਰੈਕਟਰ ਪਿੱਛੇ ਲਾ ਰਹੇ ਆ ਧੱਕਾ। ਬਸ ਫਿਰ ਰੋਕ ਲਾ ਤੂੰ, ਲਿਖੂ ਲਿਖੂ ਗੱਲ ਕਹਿੰਦੇ ਤਾਂ ਹੌਲੀ। ਥੋੜ੍ਹਾ ਦਬਾ ਦੇ ਦੇਣਾ, ਰੋੜਾ ਲਾ ਦੋ ਯਾਰ ਟਾਇਰ ਥੱਲੇ ਵਾਲ ਥੱਲੇ, ਰੋੜਾ ਲਾ ਦੇ ਗੀਅਰ ਮਾੜਾ ਜਿਹਾ। ਆ ਬਈ ਲਿਫਟ ਪੰਪ ਆ, ਕਹਿੰਦੇ ਪੰਪ ਦੇ ਜਿਨ੍ਹਾਂ ਦੇ ਸਿਰ 'ਤੇ ਪੰਪ ਖੜਾ। ਠੀਕ ਹੈ ਬੋਲਾ, ਜਿਹੜੀ ਆ ਪਾਇਪ ਆ ਨਾ ਉਰੇ ਬਾਂਸਰੀ ਲੱਗੀ ਹੋਈ ਹੁੰਦੀ ਹੈ ਸਿੱਧੀ ਲੋਹੇ ਦੀ, ਜਿਹ 'ਚ ਰਾਵਟਰਿੰਗ ਹੁੰਦੇ ਆ, ਆ ਬਾਈਆਂ ਨੇ ਪਲਾਸਟਿਕ ਦੀ ਪਾਇਪ ਪਾਈ ਹੋਈ ਆ। ਇੱਧਰਲੇ ਪਾਸੇ ਛੋਟੀ ਹੈ, ਇੱਧਰਲੇ ਪਾਸੇ ਬੜੀ ਹੈ, ਬ੍ਰੇਕ ਵਾਲੇ ਪਾਸੇ ਬੜੀ ਲੱਗਣੀ ਹੈ ਅਤੇ ਦੋਵੇਂ ਪਾਸੇ ਛੋਟੀ ਹੁੰਦੀ ਹੈ, ਇਹ ਉਲਟੀ ਹੋ ਜਾਂਦੀ ਹੈ। ਇਹ ਫਿਲਟਰ ਦਾ ਹਾਲ ਦੇਖ ਲਾ, ਚੋਗ ਹੋਇਆ ਪਿਆ ਜਮੀ, ਫਿਲਟਰ ਚੋਗ ਆ ਜਮੀ। ਆਹ ਖਰਾਬ ਹੋ ਗਏ ਪਿਸਟਨ ਜੇ, ਜਿਹੜੇ ਅਸੀਂ ਬਲੇਡ ਦੇ ਪੁੱਛ ਲੱਗਣਗੇ ਬਲੇਡ ਪਈ ਵੀ, ਇਹਦੇ ਪੰਪ ਦਾ ਇਹਦਾ ਰਿਪੇਅਰ ਹੋਊਗਾ। ਇਹ ਸਾਰਾ ਪ੍ਰੈਸ਼ਰ ਬਣਾ ਕੇ ਨਾ ਫੇਰ ਦਿੰਦੇ ਹਾਂ, ਪੰਪ ਬਹੁਤ ਤਕੜਾ ਇਹਦਾ, ਇਹਦਾ ਸੇਫਟੀ ਵਾਲ ਆ, ਸੇਫਟੀ ਵਾਲ ਆ, ਵੀ ਚੈੱਕ ਕਰਾਉਣਾ ਜੇ ਵਜਨ ਘੱਟ ਚੱਕਦਾ ਹੋਵੇ। ਆਹ ਆ ਗਿਆ ਇਹਦਾ ਫਿਲਟਰ, ਫਿਲਟਰ ਦੇ ਕਿੰਨਾ ਖਰਾਬ ਆ, ਚੋਗ ਹੋ ਗਿਆ ਸਾਰੀ। ਅੱਜ ਦੀ ਲਿਫਟ ਦਾ ਕੰਮ ਕਰਨ ਲੱਗੇ ਤੇ ਪਰ ਇੱਕ ਟਰੈਕਟਰ ਹੋਰ ਆ ਗਿਆ, 45 ਫਾਰਮ ਟਰੈਕ। ਇਹਦਾ ਕੀ ਕੰਮ ਕਰਨਾ? ਵਾਟਰ ਸਪਰੇਟਰ ਲਾਉਣਾ, ਪਾਣੀ ਦੀ ਪ੍ਰੋਬਲਮ ਆਉਂਦੀ ਹੈ, ਫਿਲਟਰ ਚੋਗ ਹੋਈ ਜਾਂਦੇ ਆ ਵਾਰ ਵਾਰ, ਤੇਲ ਅੱਜ ਕੱਲ੍ਹ ਮਾੜੇ ਆਉਂਦੇ ਆ, ਪਾਣੀ ਦੀ ਰੌਸ ਆਉਂਦੀ ਹੈ ਵਿੱਚ, ਉਹਦੇ ਕਰਕੇ ਹੁਣ ਪਾਣੀ ਵਾਟਰ ਸਪਰੇਟਰ ਲੱਗਿਆ ਲਾਉਣ ਇੱਕ। ਹੁਣ ਹਰੇਕ ਟਰੈਕਟਰ ਨਵੇਂ ਮਾਡਲ ਨੂੰ ਤਾਂ ਹਰੇਕ ਨੂੰ ਆਉਂਦਾ।
ਲੈ ਕੇ ਆਉਣੇ ਪੈਂਦੇ ਆ। ਦੋ ਬੈਂਚੂਆਂ ਚਾਹੀਦੀਆਂ ਹੁੰਦੀਆਂ ਐਕਸਟਰਾ ਕੈਲ ਅਤੇ ਇੱਕ ਪੈਪ ਅਤੇ ਦੂਸਰੀ ਪੈਪ ਬਦਲਣੀ ਜਿਹੜੀ ਹੁਣ ਨਵੇਂ ਮਾਡਲ ਆਉਂਦੀ ਉਹ ਲੈ ਦੀ ਇੱਥੇ ਅਤੇ ਬਾਹਰ ਆਉਂਦੀ ਹੈ। ਇੱਥੇ ਵੀ ਫਿਲਟਰ ਫਿੱਟ ਹੋ ਜਾਂਦਾ ਅਤੇ ਇੱਥੇ ਵੀ ਫਿੱਟ ਹੋ ਜਾਂਦਾ, ਆਹ ਨਟ 'ਚ ਵੀ ਫਿੱਟ ਹੋ ਜਾਂਦਾ, ਜਿੱਥੇ ਤੁਹਾਨੂੰ ਲੂਟ ਲੱਗਦਾ ਉੱਥੇ ਕਰ ਸਕਦੇ ਹੋ। ਪਰ ਟੈਂਕੀ ਦੇ ਲੈਵਲ ਤੋਂ ਉੱਚਾ ਨਹੀਂ ਹੋਣਾ ਚਾਹੀਦਾ, ਠੀਕ ਹੈ। ਦੇਸੀ ਢੰਗ ਆਪਣੇ ਜਗਾਰ ਨਾਲ ਫਿੱਟ ਕਰੇ ਆਪਾਂ ਨੇ, ਦੇਸੀ ਢੰਗ ਨਾਲ ਆਪਣੇ ਢੰਗ ਨਾਲ ਆਪਾਂ ਨੇ ਫਿੱਟ ਕਰਿਆ ਇਹ। ਆਪਾਂ ਨੂੰ ਕਿੰਨੇ ਦਾ ਮਿਲਿਆ ਇਹ ਫਿਲਟਰ? 500 ਕੁਛ ਤਾਂ ਮਿਲਿਆ ਆਪਾਂ ਵਿੱਚ ਪਾਈਪਾਂ। ਹਾਂ ਪਾਈਪ ਲੱਗ ਗਿਆ। ਅੱਛਾ ਪਾਈਪ ਬੈਂਜੋ ਲੱਗ ਗਈ। ਲਓ ਜੀ ਲੱਗਦਾ ਹੈ। ਅੱਛਾ ਅੱਛਾ ਠੀਕ, ਸਾਰੇ ਹੀ ਪੈਦਲ 750 ਦੇ ਗੇੜਮਾ ਗਿਆ ਹੁਣ। ਆ ਲਾਲ ਜੀ ਰਬੜ ਦਾ ਧਿਆਨ ਰੱਖਿਓ ਬਸ ਜਿਹੜੀ ਆ ਇਹ। ਹਾਂ ਪਾਣੀ ਆ ਗਿਆ ਹੌਲੀ ਹੌਲੀ ਉੱਪਰ ਆਉਣ ਲੱਗ ਜਾਣਾ ਜੀ, ਪਾਣੀ ਦੀ ਲਾਈ ਦੀ ਪਛਾਣਾ ਥੱਲੇ ਗੰਦਲ ਜੀ ਹੋਣ ਲੱਗ ਜਾਣੀ ਆ। ਫਿਰ ਆਹ ਢਿੱਲਾ ਕਰਕੇ ਕਰਤੇ ਆ ਮਾੜਾ ਜੀ, ਗਲਾਸੀ 'ਚ ਪਾਣੀ ਨਹੀਂ ਜਾਊਗਾ ਹੁਣ, ਚੂਕ ਨਹੀਂ ਹੋਊਗੀ। ਹਾਂਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸਵਰਾਜ ਦੀ ਲਿਫਟ ਅਤੇ ਲਿਫਟ ਪੰਪ ਦੀ ਹੋਣੇ ਵਾਲੀ ਸੀਗੀ ਰਿਪੇਅਰ। ਆਪਾਂ ਰਿਪੇਅਰ ਦੇ ਲਈ ਇਹਨੂੰ ਛੱਡ ਕੇ ਆਵਾਂਗੇ ਅੱਜ ਖੰਨੇ, ਅਤੇ ਜਾਂਦੇ ਜਾਂਦੇ ਆਪਾਂ ਅੱਜ ਫੈਮਿਲੀ ਨਾਲ ਨਾਲੇ ਟੇਕ ਕੇ ਜਾਵਾਂਗੇ ਫਤਿਹਗੜ੍ਹ ਸਾਹਿਬ ਮੱਥਾ। ਉਸ ਤੋਂ ਬਾਅਦ ਖੰਨੇ ਪੰਪ ਦੇਵਾਂਗੇ। ਪੰਪ ਦੇਣਾ ਜੀ ਆਪਾਂ ਬੰਤ ਹਾਈਡਰੋਲਿਕ ਵਾਲਿਆਂ ਦੇ ਜੀ, ਲਲਹੇੜੀ ਰੋਡ 'ਤੇ ਜੀ। ਬਹੁਤ ਵਧੀਆ ਤਸੱਲੀ ਬਖਸ਼ ਕੰਮ ਕਰਦੇ ਹਾਂ ਵੀਰਾਂ ਨੇ, ਅਤੇ ਉਹ ਕੱਲ੍ਹ ਸੰਡੇ ਹੋਣ ਕਰਕੇ ਉਹਨਾਂ ਦੀ ਛੁੱਟੀ ਹੁੰਦੀ ਹੈ, ਅਤੇ ਸੋਮਵਾਰ ਆਪਾਂ ਨੂੰ ਪੰਪ ਮਿਲੂਗਾ, ਅਤੇ ਸੋਮਵਾਰ ਆਪਾਂ ਇਹਨੂੰ ਫਿੱਟ ਕਰਕੇ ਤੁਹਾਨੂੰ ਦਿਖਾਵਾਂਗੇ ਇਸਦਾ ਲਿਫਟ ਟਿਕਾ ਕੇ, ਅਤੇ ਜਾਣਕਾਰੀ ਦੇਵਾਂਗੇ ਲਿਫਟ ਬਾਰੇ ਅਤੇ ਕੀ ਖਰਚਾ ਹੈ, ਕਿੰਨੇ ਰੁਪਏ ਅਤੇ ਪੈਸੇ ਲੱਗੇ ਹੈ, ਅਤੇ ਸਾਰੀ ਜਾਣਕਾਰੀ ਦੇਵਾਂਗੇ। ਅਤੇ ਕੱਲ੍ਹ ਦੇ ਸ਼ਡਿਊਲ ਦੇ ਵਿੱਚ ਆਪਣੇ ਪਾਸ ਸਵਰਾਜ 735 ਹੈ ਜੀ, ਅਤੇ ਉਸਦੇ ਬਾਰੇ ਦੇਵਾਂਗੇ ਤੁਹਾਨੂੰ ਜਾਣਕਾਰੀ। ਉਸਦਾ ਆਪਾਂ ਨੇ ਲਿਫਟ ਪੰਪ ਆ ਜਿਹੜਾ ਕਿ ਬਾਹਰ ਕੱਢਣਾ, ਅਤੇ ਉਸਦੇ ਬਾਰੇ ਦੱਸਾਂਗੇ। ਅਤੇ ਪਟਿਆਲੇ ਚੱਲਾਂਗੇ, ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੀ। ਜੁੜੇ ਰਹੋ ਸਾਡੀ ਵੀਡੀਓ ਦੇ ਨਾਲ, ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਜੀ। ਧੰਨਵਾਦ ਜੀ।